ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸਾਇੰਸ ਨੇ ਚਾਹੇ ਦੁਨੀਆ ਭਰ ਦੇ ਵਿੱਚ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ, ਪਰ ਅੱਜ ਦੇ ਯੁੱਗ ਵਿੱਚ ਅੱਜ ਕੁਝ ਪੜ੍ਹੇ ਲਿਖੇ ਲੋਕ ਵੀ ਬਾਬਿਆਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਇਸੇ ਤਰ੍ਹਾਂ ਇੱਕ ਮਹਿਲਾ ਦੇ ਨਾਲ ਵੀ ਅਜਿਹਾ ਹੀ ਹੋਇਆ। ਦਰਅਸਲ ਮਲਸੀਆਂ ਤੋਂ ਕਪੂਰਥਲਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਕਿਰਿਆ ਤੇ ਆਈ ਇੱਕ ਮਹਿਲਾ ਉਸ ਵੇਲੇ ਇੱਕ ਫਰਜ਼ੀ ਬਾਬੇ ਦੀ ਠੱਗੀ ਦਾ ਸ਼ਿਕਾਰ ਹੁੰਦੀ ਹੈ, ਜਦੋਂ ਉਹ ਆਪਣੇ ਸਾਰੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿੰਦੀ ਹੈ। ਇਹ ਪੂਰੀ ਘਟਨਾ ਕਪੂਰਥਲਾ ਦੇ ਪੰਜ ਮੰਦਿਰ ਦੇ ਪਿਛਲੇ ਪਾਸੇ ਦੀ ਹੈ। ਕੀ ਗੱਲ ਕੀ ਹੋਈ? ਬਸ ਮੈਨੂੰ ਇੱਦਾਂ ਹੀ ਪੁੱਛ ਲਿਆ, ਸੋਨਾ ਲਵਾ ਲਿਆ, ਮੇਰਾ ਚੈਨੀ ਲਵਾ ਲਈ, ਕਾਂਟੇ ਲਵਾ ਲਏ, ਦੋ ਮੁੰਦੀਆਂ ਲਵਾ ਲਈਆਂ, ਘੜੀ ਲਵਾ ਲਈ। ਕਿੱਥੇ, ਕਿਹੜੀ ਜਗ੍ਹਾ? ਆਪਣੇ ਇੱਥੇ ਹਨੂੰਮਾਨ ਦੇ ਮੰਦਿਰ ਲੱਗੇ। ਜਿਨ੍ਹਾਂ ਨੇ ਤੁਹਾਡਾ ਸਮਾਨ ਲਵਾਇਆ ਤੁਸੀਂ ਉਹਨਾਂ ਨੂੰ ਜਾਣਦੇ ਕੌਣ ਸੀ? ਨਾਲ ਮੈਂ ਨਹੀਂ ਜਾਣਦੀ, ਪਰ ਪਛਾਣਦੀ ਮੈਂ ਉਹਨਾਂ ਨੂੰ। ਸਮਾਨ ਤੁਹਾਡੇ ਕੋਲ ਕੀ ਲਵਾਇਆ ਉਹਨਾਂ ਨੇ? ਕਾਂਟੇ, ਚੈਨੀ, ਦੋ ਮੁੰਦੀਆਂ। ਕਿੰਨੇ ਕੁ ਦਾ ਸਮਾਨ ਹੋਣਾ? ਮੈਂ ਕਿਹਾ 2.5 ਤੋਲੇ। 2.5 ਲੱਖ ਦਾ? 2.5 ਤੋਲੇ ਦਾ ਸੀਗਾ। ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਮਲਸੀਆਂ। ਮਲਸੀਆਂ ਦੇ? ਇੱਥੇ ਕਪੂਰਥਲੇ ਕਿੱਦਾਂ ਤੁਹਾਡੇ ਰਿਸ਼ਤੇ ਦੇ? ਮੈਂ ਕਿਰਿਆ ਤੇ ਆਈ ਸੀ ਭੂਆ ਜੀ ਤੇ। ਅੱਛਾ, ਇੱਥੇ ਕਿਰਿਆ ਆਈ ਸੀ? ਨਾਮ ਆਪਣੇ ਨਾਮ ਦੱਸ ਦਿਓ। ਠੀਕ ਹੈ। ਸੱਭਰ ਵਾਲੀਆਂ ਦੇ ਕਿਰਿਆ ਤੇ? ਸੱਭਰਵਾਲ, ਸੱਭਰ ਵਾਲੀਆਂ ਦੇ, ਅਸ਼ਨੀ ਕੁਮਾਰ ਸੱਭਰ ਵਾਲੀਆਂ ਦੇ। ਅੱਛਾ, ਉਹਨਾਂ ਦੀ ਮਿਸਰੀ ਦੀ ਕਿਰਿਆ ਸੀ ਅੱਜ, ਸਾਡੇ ਭੂਆ ਜੀ ਸੀ। ਅੱਛਾ, ਠੀਕ ਆ। ਹੁਣ ਤੁਸੀਂ ਆਪਣੀ ਇਸ ਸੰਬੰਧ ਪੁਲਿਸ ਕੰਪਲੇਂਟ ਵਗੈਰਾ ਕੀਤੀ ਆ? ਹਾਂਜੀ, ਦਰਖਾਸਤ ਲਿਖਾਇਆ ਜੀ। ਅੱਛਾ, ਤੇ ਹੁਣ ਤੇ ਕਾਨੂੰਨ ਤੁਹਾਡੀ ਕੀ ਮੰਗ ਆ ਪ੍ਰਸ਼ਾਸਨ ਤੋਂ? ਅਸੀਂ ਤਾਂ ਆਪਣਾ ਆਪਣੇ ਮੰਗਦੇ ਪਏ ਹਾਂ, ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੁਸੀਂ ਆਂਟੀ ਜੀ ਦਾ ਪਤਾ ਲੱਗਾ ਤੁਸੀਂ ਬਾਬੇ 'ਤੇ ਵਿਸ਼ਵਾਸ ਕੀਤਾ ਸੀਗਾ ਜਿਹੜਾ? ਭਰਾਵਾ, ਮੈਨੂੰ ਕੁੜੀ ਮੁੰਡੇ ਨੂੰ ਉਚਲ ਕੇ ਲੈ ਲਿਆ, ਮੈਂ ਤਾਂ ਵਿਸ਼ਵਾਸ ਕਿੱਥੇ ਕਰਦੀ ਇਹਨਾਂ 'ਤੇ, ਪਰ ਪਤਾ ਨਹੀਂ ਕਿੱਦਾਂ ਹੋ ਗਿਆ। ਕਿੰਨੇ ਜਾਣੇ ਸੀ ਜਿਹਨੇ ਤੁਹਾਡੇ ਕੋਲ ਸਮਾਨ ਲਾਇਆ? ਬਾਬੇ ਨੇ ਇੱਕੜਾ ਲਵਾਇਆ, 2 ਜਣੇ ਨਾਲ ਸੀ, ਕੁੜੀ ਮੁੰਡਾ। ਕੁੜੀ ਮੁੰਡਾ ਨਾਲ ਸੀ? ਮੋਟਰਸਾਈਕਲ 'ਤੇ ਆਏ ਸੀ। ਕੁੜੀ ਨੇ ਕਿੰਨੇ ਲਾਇਆ? ਠੀਕ, ਕਾਂਟੇ ਕੁੜੀ ਨੇ ਲਾਏ, ਮੇਰੇ ਚੰਨ ਵੀ ਕੁੜੀ ਨੇ ਲਾਈ, ਪਿੱਛੋਂ ਅੱਖ ਖੁੱਲ੍ਹ ਕੇ। ਤੁਸੀਂ ਇਹ ਕਦੇ ਬੰਦੇ ਪਹਿਲੇ ਦੇਖੇ ਇੱਥੇ? ਨਾ, ਮੈਂ ਨਹੀਂ ਦੇਖੇ ਪਹਿਲਾਂ, ਪਹਿਲੀ ਵਾਰ ਦੇਖੇ। ਚਲੋ ਠੀਕ ਆ। ਠੀਕ, ਨੰਗਲ 'ਚ ਬੀਤੇ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ। ਦਿਨ ਦਿਹਾੜੇ ਚੋਰਾਂ ਵੱਲੋਂ ਨਿੱਤ ਨਵੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਜੀ ਹਾਂ, ਨੰਗਲ ਵਿੱਚ ਹੋਰ ਇੱਕ ਵਾਰੀ ਚੋਰ ਫਿਰ ਸਰਗਰਮ ਹੁੰਦੇ ਹੋਏ ਨਜ਼ਰ ਆ ਰਹੇ ਹਨ। ਆਏ ਦਿਨ ਚੋਰਾਂ ਵੱਲੋਂ ਨਵੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਦਿਨ ਦਿਹਾੜੇ ਚੋਰ ਕਦੇ ਲੋਕਾਂ ਦੇ ਘਰਾਂ ਵਿੱਚ ਸਮਾਨ ਚੁੱਕ ਰਹੇ ਹਨ ਤੇ ਕਦੇ ਰਾਤ ਦੇ ਹਨੇਰੇ ਵਿੱਚ ਮੋਟਰਸਾਈਕਲ ਤੇ ਗੱਡੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੈਂ ਜੀ, ਮੇਰੇ ਕੁੜੀ ਪਰਸੋਂ ਸਾਡੇ ਇੱਥੇ ਘਰ ਸੌ ਗਏ ਰੋਟੀ ਪਾਣੀ ਖਾ ਕੇ। 70-71 WFCO ਰਹਿੰਦੀ ਹੈ ਜੀ, ਅਤੇ ਉਹ ਕੋਈ ਬੰਦਾ ਇਹ ਨਹੀਂ ਸਾਨੂੰ ਪਤਾ ਕੌਣ ਹੈ ਜੀ, ਸਾਡਾ 2300 ਦਾ ਫਰਾਟਾ ਲੈ ਗਏ ਚੱਕ ਕੇ। ਦੋਨੋਂ ਪਾਸੇ ਤਾਲੇ ਲੱਗੇ ਹੁੰਦੇ ਜੀ, ਤਾਲੇ ਲਾਏ ਹੋਏ ਸੀਗੇ ਜੀ, ਉਹ ਫਰਾਟਾ ਹੀ ਲੈ ਗਿਆ ਚੱਕ ਕੇ। ਰਿਪੋਰਟ ਕਰਾਤੀ? ਨਹੀਂ ਜੀ, ਰਿਪੋਰਟ ਨਹੀਂ ਕਰਾਈ ਹੈ ਜੀ, 2300 ਦਾ ਵਜੀਰ। ਮੈਂ ਕਿਹਾ ਦੇਖ ਲੈਂਦਾ। ਸਾਈਕਲ ਜੀ, 18 ਤਰੀਕ ਰਾਤ ਨੂੰ ਜੀ ਆਪਣੇ ਘਰ ਸੁੱਤੇ ਹੋਏ ਸੀਗੇ, ਤੇ ਉਹੀ ਸਾਡਾ ਰੁਜ਼ਗਾਰ ਸੀਗਾ, ਕਬਾੜ ਦੀ ਫੇਰੀ ਲਾਉਂਦਾ ਤਾ ਮੈਂ ਜੀ। 18 ਤਰੀਕ ਰਾਤ ਨੂੰ 12:30-12 ਵਜੇ ਇੱਕ ਮੁੰਡਾ ਆਇਆ ਉੱਥੇ ਖਵਾਜਾ ਮੰਦਿਰ ਕੈਮਰੇ ਦੇ ਵਿੱਚ ਆਇਆ, ਪੈਰੀ ਪੈਦਲ ਚੱਲ ਕੇ ਗਿਆ, ਮੋਟਰਸਾਈਕਲ ਲੈ ਕੇ। ਉਹ ਮੋਟਰਸਾਈਕਲ ਕੱਲ੍ਹ ਪਰਸੋਂ ਦਾ ਲੱਭ ਰਿਹਾ ਜੀ, ਕਿਤੇ ਵੀ ਕੋਈ ਲੱਭ ਰਿਹਾ ਨਹੀਂ ਹੈ। ਮੇਰਾ ਤਾਂ ਰੁਜ਼ਗਾਰ ਵੀ ਉਹੀ ਹੈ ਜੀ, ਮੈਂ ਤਾਂ ਉੱਥੇ ਜਿਹੜਾ ਲਾਉਂਦਾ ਕਬਾੜ ਦੀ ਫੇਰੀ ਲਾਉਂਦਾ ਜੀ। ਪੁਲਿਸ ਰਿਪੋਰਟ ਕਰਾਤੀ, ਇੱਕ ਵਾਰੀ ਛੱਡ ਕੇ 2 ਵਾਰੀ ਰਿਪੋਰਟ ਦਿੱਤੀ ਜੀ, ਕੋਈ ਸੁਣਾਈ ਨਹੀਂ ਕਰ ਰਹੇ ਹੈਗੇ ਜੀ। ਇਹੀ ਕਹਿੰਦੇ ਵੀ ਤੁਸੀਂ ਆਪ ਲੱਭੋ, ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਤੇ ਖੜਾ ਮਿਲੇ ਜਾਂ ਦੇਖੋ ਕਿਸੇ ਦੇ ਚੱਲਦਾ, ਦੇਖੋ ਕਿਸੇ ਕੋਲ ਤੇ ਮਿਲਦਾ ਤਾਂ ਸਾਨੂੰ ਦੱਸੋ। ਪੁਲਿਸ ਵਾਲੇ ਇਹ ਕਹਿੰਦੇ ਲੱਭਿਆ, ਮੈਂ ਤਾਂ ਸਾਰੇ ਮੈਥਪੁਰ ਲੈ ਕੇ ਇੱਧਰ ਆਪਣੇ ਬ੍ਰਹਮਪੁਰ, ਬਰਾਰੀ, ਕਲਥੇੜਾ, ਇੱਧਰ ਆਪਣੇ ਪੁਰਾਣਾ ਨੰਗਲ, ਨਿਆ ਨੰਗਲ ਸਾਰੇ ਲੱਭ ਲਿਆ ਜੀ, ਕਿਤੇ ਵੀ ਨਹੀਂ ਮਿਲਿਆ, ਕੋਈ ਮਤਲਬ ਵੀ ਨਹੀਂ ਹੈ ਮੋਟਰਸਾਈਕਲ ਵਿੱਚ। ਨਸ਼ੇ ਦੀ ਵੱਧਦੀ ਤਾਦਾਦ, ਜਿੱਥੇ ਨੌਜਵਾਨੀ ਤਬਾਹ ਹੁੰਦੀ, ਉਹਦੇ ਨਾਲ ਨਾਲ ਚੋਰੀਆਂ ਦਾ ਜਿਹੜਾ ਸਿਲਸਿਲਾ ਜਾਰੀ ਹੈ। ਜਿਹੜੇ ਲੋਕ ਤਿਨਕਾ ਕਰਕੇ ਆਪਣੇ ਘਰ ਦੇ ਵਿੱਚ ਸਮਾਨ ਨੂੰ ਜਿਹੜਾ ਆਪਣਾ ਘਰ ਦਾ ਬਣਾਉਂਦੇ ਹੈ, ਇਹ ਜਿਹੜੇ ਨਸ਼ੇੜੀ ਬੰਦੇ ਹੈ, ਇਹ ਉਹਨੂੰ ਸਮਾਨ ਨੂੰ ਚੋਰੀ ਕਰਕੇ ਲੈ ਜਾਂਦੇ। ਅੱਜ ਲੋਕ ਬੜੇ ਤਰਾਸਦ ਹੈ, ਨੰਗਲ ਦੇ ਲੋਕ ਬੜੇ ਪਰੇਸ਼ਾਨ ਹੈ। WFCO ਦੇ ਵਿੱਚ ਨਿਰੰਤਰ ਜਿਹੜੀਆਂ ਸਿਲੰਡਰਾਂ ਦੀਆਂ ਚੋਰੀਆਂ ਹੋਈਆਂ,
ਆ ਸਾਡੇ ਡੀਐਸ ਦੇ ਵਿੱਚ ਇੱਕ ਪੱਖਾ ਚੱਕ ਕੇ ਲੈ ਗਏ। ਬਾਹਰ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਜਿਹੜੀਆਂ ਚੋਰੀ ਦੀਆਂ ਸਾਹਮਣੇ ਆ ਰਹੀਆਂ। ਮੈਂ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨਸ਼ੇੜੀਆਂ ਦੇ ਖਿਲਾਫ ਸਖਤੀ ਦੇ ਨਾਲ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਜਿਹੜੀ ਆਮ ਜਨ ਮਾਨਸ ਦਾ ਜਿਹੜਾ ਜਾਨੋ ਮਾਲ ਦੀ ਜਿਹੜੀ ਰੱਖਿਆ ਕੀਤੀ ਜਾ ਸਕੇ, ਇਹ ਚੋਰੀਆਂ ਤੋਂ ਜਿਹੜਾ ਨਜਾਤ ਦਿਲਾਈ ਜਾ ਸਕੇ। ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਔਰ ਨਾਲ ਨਾਲ ਇਹ ਕਹਾਂਗਾ ਕਿ ਜਲਦੀ ਤੋਂ ਜਲਦੀ ਮੁਸਤੈਦੀ ਦੇ ਨਾਲ ਇਹ ਜਿੰਨੀਆਂ ਵੀ ਚੋਰੀਆਂ ਹੋਈਆਂ ਇਹਨਾਂ ਦੇ ਜਿਹੜੇ ਚੋਰੀ ਕਰਨ ਵਾਲੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਦੇ ਪਿੱਛੇ ਦਿੱਤਾ ਜਾਣਾ। ਪਹਿਲੇ ਮੁੰਡੇ ਆਏ ਇੱਧਰੋਂ, ਠੀਕ ਹੈ, ਸਿੱਧੇ ਗਏ, ਪਹਿਲੇ ਸਾਡੀ ਰੇੜੀ ਚੈੱਕ ਕੀਤੀ ਜਾ ਕੇ, ਸਾਰੇ ਹੀ ਕੰਪਲੀਟ ਘੁੰਮਦੇ ਫਿਰਦੇ ਉੱਥੇ ਮੋਟਰਸਾਈਕਲ ਖੜੀ ਕੀਤੀ। ਖੜੀ ਕਰਨ ਦੇ ਬਾਅਦ ਫਿਰ ਅੱਗੇ ਜਾ ਕੇ ਉੱਥੇ ਜਾ ਕੇ ਮੋਟਰਸਾਈਕਲ ਖੜੀ ਕਰਕੇ ਆਏ, ਫਿਰ ਘੁੰਮਦੇ ਰਹੇ, ਫਿਰ ਆ ਇੱਥੇ ਆ ਕੇ ਰੇੜੀ ਚੱਕ ਕੇ ਲੈ ਕੇ ਗਏ। ਉਹ ਨਾ ਪੈਦਲ ਧੱਕਾ ਮਾਰ ਕੇ ਲੈ ਗਏ, ਪੈਦਲ ਲੈ ਕੇ ਗਏ, ਗੁੱਗਾ ਮਾੜੀ ਸਾਈਡ ਨੂੰ ਲੈ ਕੇ ਗਏ। ਕਲਾਨੌਰ ਦੀਆਂ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿੱਚੋਂ ਵੱਖ ਵੱਖ ਔਰਤਾਂ ਨੇ ਦੱਸਿਆ ਹੈ ਕਿ ਯੋਗ ਕਰਨ ਨਾਲ ਕੀ ਲਾਭ ਹੁੰਦੇ ਹਨ ਅਤੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਹੈ। ਇਸ ਮੌਕੇ ਯੋਗਾ ਟ੍ਰੇਨਰ ਸੁਸੈਨ ਤ੍ਰਿਪਾਠੀ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਸੀਐਮ ਦੀ ਯੋਗਸ਼ਾਲਾ ਤਹਿਤ ਕਲਾਨੌਰ ਵਿੱਚ ਕਿੰਨੇ ਗਰੁੱਪਾਂ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕੁਛ ਪਤਾ ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਭਗਵੰਤ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਕੋਲ ਟੀਚਰ ਘੱਲਿਆ ਜਿਹਦੇ ਆਸਰੇ ਤੇ ਹੀ ਯੋਗਾ ਕਰਨ ਡੇ ਹਾਂ। ਅਸੀਂ ਨਹੀਂ ਇੰਨੇ ਕਾਬਲੀਅਤ ਯੋਗੇ ਜਿਨ੍ਹਾਂ ਨੇ ਟੀਚਰ ਘੱਲ ਕੇ ਸਾਨੂੰ ਯੋਗਾ ਕਰਨ ਯੋਗੇ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ। ਯੋਗਾ ਨਾਲ ਕੀ ਫਾਇਦੇ ਹੋਏ ਜੀ? ਯੋਗਾ ਨਾਲ ਫਾਇਦਾ ਬਹੁਤ ਹੋਇਆ, ਸਰੀਰ ਨਹੀਂ ਚੱਲਦੇ ਉਹਦੇ ਨਾਲ, ਚੱਲਣ ਲੱਗ ਪਏ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਕੀ ਬੈਨੀਫਿਟ ਮਿਲ ਸਕਦੇ ਆ? ਬਟ ਸਟਿਲ ਜਦੋਂ ਜਦੋਂ ਇੱਥੇ ਲੋਕਾਂ ਨੂੰ ਮਿਲੇ, ਸਭ ਨਾਲ ਪਹਿਲਾਂ ਮੇਰੀ ਕਲਾਸ ਸੀ ਸੁੰਦਰਪੁਰੀਆ ਮੁਹੱਲੇ, ਆਂਟੀ ਇੱਥੇ ਹੁਣੇ ਬੈਠੇ ਹੋਏ ਆਏ ਸੁੰਦਰਪੁਰੀਆ ਮੁਹੱਲਾ, ਠੀਕ ਹੈ। ਇਹਨਾਂ ਨੇ ਨਾ ਮਤਲਬ ਕਲਾਸ ਸ਼ੁਰੂ ਕੀਤੀ ਤੇ ਤਿੰਨ ਚਾਰ ਦਿਨ ਲਾਏ, ਨਹੀਂ ਪਤਾ ਲੱਗਦਾ ਪਿਆ ਇਹਨਾਂ ਨੂੰ ਕੀ ਚੈੱਕ ਕਰਨਾ, ਕੀ ਸਿਸਟਮ ਆ। ਚਲੋ ਹੌਲੀ ਹੌਲੀ ਸ਼ੁਰੂ ਕੀਤੀ, ਇੱਥੇ ਗਰੋਥ ਹੋਣੀ ਸ਼ੁਰੂ ਹੋ ਗਈ, ਬਟ ਸਟਿਲ ਕਹਿਣ ਦਾ ਮਤਲਬ ਇਹ ਵਾ ਕਿ ਜਿਹੜਾ ਗੁਰਦਾਸਪੁਰ ਇਹ ਜਿਹੜਾ ਸਿਟੀ ਆ ਨਾ, ਉੱਥੇ ਲੋਕੀ ਇਹਨੂੰ ਆਪ ਬੁਲਾਉਂਦੇ ਆ ਕਿ ਇਸ ਚੀਜ਼ ਨੂੰ ਤੁਸੀਂ ਡਿਵੈਲਪ ਕਰੋ ਜਿੰਨਾ ਹੋ ਸਕੇ ਕਿ ਲੋਕੀ ਸਾਡੇ ਕੋਲ ਆਪ ਆਉਣ, ਕਿ ਸਾਨੂੰ ਨਾ ਲੋਕਾਂ ਕੋਲ ਜਾਣਾ ਪਏ। ਇਸ ਚੀਜ਼ 'ਚ ਕੀ ਹੈ ਕਿ ਬਿਲਕੁਲ ਫ੍ਰੀ ਆਫ ਕੋਸਟ ਹੈ ਯੋਗਾ ਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਜਿਹੜਾ ਮਹੀਨੇ ਦੇ ਜਿਹੜੇ ਇਨਕਮ ਅਰਨ ਕਰਦੇ ਨਾ, ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਅਰਨ ਕਰਦੇ ਆ, ਜਿਹੜਾ ਤੁਹਾਨੂੰ ਫ੍ਰੀ ਗੌਰਮੈਂਟ ਨੇ ਟੀਚਰ ਪ੍ਰੋਵਾਈਡ ਕੀਤੇ ਦਾ, ਫ੍ਰੀ ਆਫ ਕੋਸਟ, ਠੀਕ ਹੈ। ਨਾ ਕੋਈ ਆਪਾਂ ਪੈਸੇ ਲੈਂਦੇ, ਨਾ ਕੋਈ ਗੱਲ, ਨਾ ਬਾਅਦ ਤੁਹਾਨੂੰ ਗੌਰਮੈਂਟ ਪੇ ਕਰਦੀ ਆ ਪ੍ਰੋਪਰ ਐਜ਼ ਸਿਸਟਮ ਆ। ਕਦੀ ਮੈਂ ਕਲਾਨੌਰ ਦਾ ਵੀ ਨਾਮ ਨਹੀਂ ਸੁਣਿਆ ਸੀਗਾ ਕਿ ਕਲਾਨੌਰ ਕਿੱਥੇ ਆ। ਪਰਮਾਤਮਾ ਮੈਂ ਪਹਿਲਾਂ ਕਰਦੀਆਂ ਸੀਗੀਆਂ, ਤਿੰਨ ਦਿਨ ਉੱਥੇ ਲਏ, ਬਾਅਦ 'ਚ ਮੈਨੂੰ ਪਰਮਾਤਮਾ ਨੇ ਸ਼ਿਵਜੀ ਭਗਵਾਨ ਜੀ ਦੇ ਮਤਲਬ ਕੋਲ ਭੇਜਤਾ ਅਤੇ ਇੱਥੇ ਮੈਂ ਆਪਣੀ ਯੋਗਾ ਕਰਾਉਂਦਾ ਪਿਆ, ਠੀਕ ਆ। ਬਲੈਰੋ ਕਾਰ ਬੱਸ ਦੇ ਅੱਗੇ ਆ ਗਈ ਤੇ ਬੱਸ ਡਰਾਈਵਰ ਵੱਲੋਂ ਬਚਾਅ ਲਈ ਬੱਸ ਦੂਜੀ ਸਾਈਡ ਤੇ ਜਾ ਕੇ ਰੋਕੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਲੱਗਦਾ ਨੀਂਦ ਆ ਗਈ ਸੀ, ਜੋ ਗਲਤ ਸਾਈਡ ਤੋਂ ਆ ਕੇ ਬੱਸ ਅੱਗੇ ਕਰ ਦਿੱਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਦੀ ਸੀ। ਸਰ, ਇੱਥੋਂ ਫਰੇਗੜ ਬਟਾਲੇ ਨੂੰ ਬੱਸ ਆਉਣ ਡਈ ਆ, ਫਰੇਗੜ ਚੂੜੀਆਂ ਜਾਣ ਨੂੰ, ਤੇ ਇੱਥੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ, ਉਹਦੀ ਝੋਕ ਲੱਗ ਗਈ ਆ, ਬਲੈਰੋ ਫੁੱਟਪਾਥ ਤੋਂ ਦੂਜੇ ਬੰਨੇ ਗਈ, ਬੱਸ ਉੱਥੋਂ ਆਣ ਕੇ ਵੱਜੀ।
ਹਾਂਜੀ ਬੱਸ ਸਟੈਂਡ ਵੱਲ ਫਰੇਗੜ੍ਹ ਚੂੜੀਆਂ ਜਾਣਗੀਆਂ ਬਸ ਇਹਦੇ ਝੋਗ ਲੱਗੀ ਬਲੈਰੋ ਵਾਲੇ ਫੁੱਟਪਾਥ ਦੇ ਉੱਤੇ ਨਿਘਾਰਤੀ ਇਹਨੇ ਇਹਦੀ ਇਹਦੀ ਬਲੈਰੋ ਵਾਲੇ ਦਾ ਕਸੂਰ ਹੈ ਸਾਡਾ ਜਲਦੀ ਬਲੈਰੋ ਦੀ ਹੈ ਅਸੀਂ ਮਿੰਨੀ ਬੱਸ ਦੇ ਉੱਤੇ ਅਸੀਂ ਫਰੇਗੜ੍ਹ ਚੂੜੀਆਂ ਨੂੰ ਜਾਣ ਡੇ ਉਹਨਾਂ ਨੋਟ ਕਰਾਇਆ ਅਸੀਂ ਆਏ ਹਾਂ ਇੱਥੇ ਅਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਅਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਹੈ ਫਤਿਹਗੜ੍ਹ ਚੂੜੀਆਂ ਜਾਣੀ ਸੀ ਅਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਿਵਾਈਡਰ ਇੱਧਰ ਨੂੰ ਪਾਰ ਕਰ ਗਈ ਆ ਅਤੇ ਬੱਸ ਜਿਹੜੀ ਆਉਂਦੀ ਹੁੰਦੀ ਉਹ ਵੀ ਡਿਵਾਈਡਰ ਪਾਰ ਕਰਕੇ ਆ ਸਾਹਮਣੇ ਖੜੀ ਰਹਿ ਗਿਆ ਸਵਾਰੀਆਂ ਉਹ ਦੋ ਜਾਣੇ ਸੀ ਇਸ ਵੇਲੇ ਉਹ ਨਿੱਜਰ ਹੋਸਪਿਟਲ ਦਿਆਂ ਦੇ ਦੋਨੋਂ ਜਾਣੇ ਰੈਫਰ ਕਰਦੇ ਆ ਅਤੇ ਬੱਸ 'ਚ ਮਾਮੂਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਜ਼ਰੂਰ ਵੇਖਣ ਡਿਆ ਜੀ ਵੇਖ ਕੇ ਬਾਕੀ ਹਾਦਸਾ ਤੁਹਾਡੇ ਸਾਹਮਣੇ ਸਾਰੀ ਕਾਰਵਾਈ ਕਰੇ ਇਸ਼ਕ ਵਿੱਚ ਅੰਨੀ ਹੋਈ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਹਿਲਾਂ ਤਾਂ ਆਪਣੇ ਪਤੀ ਨੂੰ ਕਿਡਨੈਪ ਕਰਵਾਇਆ ਤੇ ਫਿਰ ਉਸਦਾ ਕਤਲ ਕਰਵਾ ਦਿੱਤਾ ਵਿਆਹ ਤੋਂ ਪਹਿਲੇ ਪਿਆਰ ਨਾਲ ਪਿਛਲੇ 1 ਸਾਲ ਤੋਂ ਇਹ ਪਿਆਰ ਦੀਆਂ ਪਿੰਗਾਂ ਚੜਾ ਰਹੀ ਸੀ ਪਤੀ ਇਹਨਾਂ ਦੋਨਾਂ ਦੇ ਵਿੱਚ ਰੋੜਾ ਬਣ ਰਿਹਾ ਸੀ ਪਤੀ ਨੇ ਆਸ਼ਿਕ ਨੇ ਸਾਥੀਆਂ ਨਾਲ ਰਲ ਕੇ ਪਹਿਲਾਂ ਉਸਦਾ ਕਿਡਨੈਪ ਕੀਤਾ ਫਿਰ ਮਾਰ ਕੇ ਦਰਿਆ ਵਿੱਚ ਉਸਦੀ ਲਾਸ਼ ਸੁੱਟ ਦਿੱਤੀ ਪਹਿਲਾਂ ਪਤਨੀ ਨੇ ਰਚਿਆ ਸੀ ਆਪਣੇ ਹੀ ਪਤੀ ਦੇ ਕਿਡਨੈਪ ਦਾ ਡਰਾਮਾ ਮ੍ਰਿਤਕ ਮਨਜੀਤ ਸਿੰਘ ਦੇ ਭਰਾ ਗੁਰਸੇਵਕ ਸਿੰਘ ਨੇ ਸਾਰੀ ਇਹ ਪੋਲ ਖੋਲ੍ਹੀ ਆਪਣੀ ਭਰਜਾਈ ਦੇ ਪ੍ਰੇਮ ਸੰਬੰਧਾਂ ਦੀ ਪੋਲ ਖੋਲ੍ਹ ਉਹਨਾਂ ਪੁਲਿਸ ਦੇ ਹੱਤਿਆ ਦੇ ਜੁਰਮ ਵਿੱਚ ਪਤਨੀ ਅਤੇ ਉਸਦੇ ਆਸ਼ਿਕ ਸਮੇਤ ਦੋ ਸਾਥੀਆਂ ਤੇ ਹੱਤਿਆ ਦਾ ਮੁਕੱਦਮਾ ਦਰਜ ਕਰ ਆਰੋਪੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੈ ਕਿਉਂ ਮਾਰਿਆ ਤੁਸੀਂ ਆਪਣੇ ਪਤੀ ਨੂੰ ਇਹਨਾਂ ਨਾਲ ਰਲ ਕੇ ਕੀ ਕਾਰਨ ਸੀਗਾ ਕਿਉਂ ਮਾਰਿਆ ਕਿਉਂ ਦੱਸੋ ਕੀ ਹੋਇਆ ਕੀ ਹੋਈ ਸੀਗਾ ਆਪਦੇ ਕੀਤੇ ਦੇ ਪਛਤਾਵਾ ਹੈਗਾ ਹੁਣ ਇਹ ਜਿਹੜਾ ਹੈਗਾ ਬੜਾ ਸਨਸਨੀਖੇਜ਼ ਮਸਲਾ ਸੀਗਾ ਮਾਨਯੋਗ SSP ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਜਿਹੜਾ ਕੇਸ ਹੈਗਾ ਤਫਤੀਸ਼ ਉਹ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲ ਡਿਟੇਲ ਦੀ ਮਦਦ ਲੈ ਕੇ ਅਤੇ ਫੋਰੈਂਸਿਕਲੀ ਉਹਨੂੰ ਐਗਜ਼ਾਮਿਨ ਕਰਕੇ ਤਫਤੀਸ਼ ਵਿੱਚ ਡੂੰਘਾਈ ਵਿੱਚ ਸਾਰੀ ਤਫਤੀਸ਼ ਕੀਤੀ ਜਾਣ ਆਏ ਸਿਲਸਿਲੇ ਵਿੱਚ 11 ਜੂਨ ਨੂੰ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜ਼ੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜ਼ੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸ਼ਨੋ ਦੇਵੀ ਯਾਤਰਾ 'ਤੇ ਗਿਆ ਸੀ ਅਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਾ ਹੈ 10 ਤਾਰੀਖ ਤੱਕ ਉਹ ਫੋਨ 'ਚ ਟੱਚ 'ਚ ਸੀ ਥਾਣੇ ਵਿੱਚ DSP ਗੁਰਦੀਪ ਜੀ ਅਤੇ SHO ਸਿਟੀ ਜ਼ੀਰਾ ਕਮਲ ਜੀ ਵੱਲੋਂ ਬੜੀ ਸੂਝਬੂਝ ਅਤੇ ਪ੍ਰੈਜੈਂਸ ਆਫ ਮਾਇੰਡ ਦਾ ਮੁਜ਼ਾਹਰਾ ਕਰਦੇ ਹੋਏ ਜਿਹੜਾ ਉਹਨਾਂ ਦਾ ਤਜੁਰਬਾ ਹੈ ਉਹਨੂੰ ਉਸ ਟਾਈਮ ਇਹ ਅੰਦੇਸ਼ਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਅਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਿਸ ਦਾ ਮਦਦ ਲੈਂਦੇ ਹੋਏ ਇਹ ਮਸਲਾ
ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ। ਜਦ ਹੋਰ ਪੜਤਾਲ ਕੀਤੀ ਗਈ, ਨਾਲ ਟੈਕਨੀਕਲ ਡਿਟੇਲ ਦਿੱਤੀ ਗਈ, ਅਤੇ ਉਹਨਾਂ ਦਾ ਸ਼ੱਕ ਜਿਹੜਾ ਹੈਗਾ ਔਰ ਇਹ ਗਹਿਰਾ ਹੋ ਗਿਆ। ਜਦ ਮਨਜੀਤ ਦੇ ਭਰਾ ਗੁਰਸੇਵਕ ਨਾਲ ਰਾਬਤਾ ਗਿਆ ਕੀਤਾ ਗਿਆ ਅਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਭਰਜਾਈ ਸੀ ਸੁਖਦੀਪ ਕੌਰ, ਅਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰ ਸੀ, ਲਵਰ ਸੀ ਹਰਜਿੰਦਰ, ਇਹ ਦੋਵਾਂ ਨੇ ਉਹਦੇ ਭਰਾ ਮਨਜੀਤ ਨੂੰ ਸਿਟੀ ਜ਼ੀਰਾ ਜਦ ਸੈਰ ਕਰ ਰਹੇ ਸੀ 6 ਤਾਰੀਖ ਨੂੰ, ਤਦ ਉਹਨੂੰ ਸਵਿਫਟ ਗੱਡੀ 'ਚ ਕਾਰ 'ਚ ਉਹਨੂੰ ਅਗਵਾ ਕੀਤਾ। ਪੁਲਿਸ ਨੇ ਪਰਚਾ ਦਰਜ ਕਰ ਲਿਆ ਅਤੇ ਨਾਲ ਰੇਡ ਸਟਾਰਟ ਕਰ ਦਿਆ, ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਅਤੇ ਸੈਂਟੀਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਤੀ। 13 ਤਾਰੀਖ ਨੂੰ DSP ਡੀ ਸ਼੍ਰੀ ਬਲਕਾਰ ਜੀ, DSP ਜ਼ੀਰਾ ਗੁਰਦੀਪ ਜੀ ਅਤੇ ਸਪੈਸ਼ਲੀ ਅਪੁਆਇੰਟ ਕੀਤੇ ਗਏ ਸੀ DSP NDPS ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਜਦ 13 ਤਾਰੀਖ ਨੂੰ ਥਾਣਾ ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ। ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮਾਨਯੋਗ SSP ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਫਤੀਸ਼ ਜਿਹੜੀ ਡੂੰਘਾਈ ਨਾਲ ਹਿਊਮਨ ਸੋਰਸ, ਟੈਕਨੀਕਲ ਸੋਰਸ ਅਤੇ ਫੋਰੈਂਸਿਕ ਐਨਾਲਿਸਿਸ ਨਾਲ ਕੀਤੀ ਜਾਵੇ। ਜਦ ਇਹ ਤਫਤੀਸ਼ ਕੀਤੀ ਗਈ, ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ ਕੀਤਾ ਗਿਆ, ਤਾਂ ਸਾਡੀ ਟੀਮ ਨੂੰ ਆਹ ਪਤਾ ਚੱਲਿਆ ਕਿ ਜਿਹੜਾ ਉਹਦਾ ਹਸਬੈਂਡ ਸੀ ਮਨਜੀਤ, ਉਹਦਾ ਕਤਲ। ਸਮਰਾਲਾ ਪੁਲਿਸ ਵੱਲੋਂ ਅੱਜ ਸਮਰਾਲਾ ਵਿਖੇ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ, ਜਿਸ ਵਿੱਚ 2 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਪੰਜਾਬ ਪੁਲਿਸ ਵੱਲੋਂ ਸੀਜ਼ ਕੀਤੀ ਗਈ। ਇਸ ਮੌਕੇ SSP ਖੰਨਾ ਅਨਮੀਤ ਕੌਂਡਲ ਸਮਰਾਲਾ ਵਿਖੇ ਪਹੁੰਚੇ ਅਤੇ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ SSP ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਤਸਕਰ ਖਿਲਾਫ ਹਰ ਦਿਨ ਵੱਡੀ ਕਾਰਵਾਈ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਅੱਜ ਸਮਰਾਲਾ ਵਿਖੇ 2 ਦਿਨ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ਼ ਕੀਤੀ ਗਈ, ਜੋ ਕਿ ਨਸ਼ਾ ਤਸਕਰਾਂ ਨੇ ਡਰੱਗ ਮਨੀ ਤੋਂ ਬਣਾਈ ਸੀ ਅਤੇ ਇਹ ਗੈਰ ਕਾਨੂੰਨੀ ਹੈ। ਬੈਂਕ ਦੇ ਇੰਪਲਾਈ ਜਿਹੜੇ ਆ, ਸਫਾਈ ਸੇਵਕ ਆ, ਉਹਨੇ ਜਦੋਂ ਆ ਕੇ ਦਰਵਾਜ਼ਾ ਖੋਲ੍ਹ ਕੇ ਅਤੇ ਮੇਨ ਸਵਿੱਚ ਔਨ ਕੀਤਾ, ਉਹਦੇ ਨਾਲ ਉਹ ਸਰਕਟ ਸ਼ਾਰਟ ਹੋ ਗਿਆ, AC ਦਾ ਹੀ AC ਉਹਦੇ 'ਚ ਹੈਂਗ ਹੋ ਗਿਆ, ਸਾਰਾ AC ਸੜ ਗਿਆ, ਉਹਦੇ ਨਾਲ ਧੂੰਆਂ ਅੰਦਰ ਬੈਂਕ ਦੀ ਬਿਲਡਿੰਗ ਦੇ ਅੰਦਰ ਧੂੰਆਂ ਹੀ। ਫਾਇਰ ਬ੍ਰਿਗੇਡ ਅਸੀਂ ਨਾਕਾ ਝਬਾਲ ਚੌਂਕ 'ਤੇ, ਸਾਨੂੰ ਇਨਫੋਰਮੇਸ਼ਨ ਮਿਲੀ, ਮੇਰੇ ਮੁਨਸ਼ੀ ਨੇ ਦੱਸਿਆ ਵੀ ਬੈਂਕ 'ਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਵਿੱਚ ਅੱਗ ਲੱਗੀ ਆ। ਅਸੀਂ ਉੱਥੋਂ ਹੀ ਮੈਂ ਕਾਲ ਕਰਤੀ ਫਾਇਰ ਬ੍ਰਿਗੇਡ ਨੂੰ, ਬਟ ਤਕਰੀਬਨ ਫਾਇਰ ਬ੍ਰਿਗੇਡ ਮੇਰੇ ਨਾਲ ਹੀ ਆ ਗਈ 5-7 ਮਿੰਟ। ਅਸੀਂ ਮੈਨ ਸਾਹਿਬ ਨੂੰ ਕਾਲ ਕਰਕੇ ਦੱਸਿਆ, ਇਹਨਾਂ ਦੇ ਬਾਕੀ ਸਟਾਫ ਨੂੰ, ਬਾਕੀ ਪਬਲਿਕ ਦੇ ਸਹਿਯੋਗ ਨਾਲ, ਬੈਂਕ ਸਟਾਫ ਦੇ ਸਹਿਯੋਗ ਨਾਲ, ਬਾਕੀ ਇੱਥੇ ਆ ਲਾਗੇ ਪੱਖੇ ਵਾਲੇ ਆ, ਉਹਨਾਂ ਕੋਲ ਪੱਖਾ ਲੈ ਆਉਂਦਾ, ਕਿਸੇ ਕੋਲ ਜਨਰੇਟਰ ਲੈ ਆਉਂਦਾ। ਬੈਂਕ ਦੇ ਅੰਦਰ ਜਿੰਨਾ ਵੀ ਧੂੰਆਂ ਸੀ ਉਹਨੂੰ ਬਾਹਰ ਕੱਢ ਕੇ ਚੈੱਕ ਕੀਤਾ ਗਿਆ, ਮੈਨ ਸਾਹਿਬ ਦੀ ਹਾਜ਼ਰੀ 'ਚ ਸਾਰਾ ਕੁਛ ਅੰਦਰੋਂ ਚੈੱਕ ਕੀਤਾ ਗਿਆ। ਬੈਂਕ ਦਾ ਟੋਟਲੀ ਰਿਕਾਰਡ ਸਾਰਾ ਸੇਫ ਆ। ਇੱਕ ਓਨਲੀ ਫਾਰ ਜਿਹੜਾ AC ਆ, ਉਹ ਸਰਕਟ ਸ਼ਾਰਟ ਹੋਣ ਕਰਕੇ AC ਜਿਹੜਾ ਪਿਘਲ ਗਿਆ, ਸੜ ਗਿਆ, ਉਹਦੇ ਨਾਲ ਬੈਂਕ 'ਚ ਅੰਦਰ ਜ਼ਿਆਦਾ ਧੂੰਆਂ ਹੈ। ਐਂ ਲੱਗਦਾ ਸੀ ਜਿੱਦਾਂ ਕਾਫੀ ਨੁਕਸਾਨ ਹੋ ਸਕਦਾ ਬੈਂਕ ਦਾ, ਲੇਕਿਨ ਅੰਦਰ ਚੈੱਕ ਕਰਨ 'ਤੇ ਸਟਾਫ ਦੇ ਨਾਲ, ਮੈਨ ਸਾਹਿਬ ਦੇ ਨਾਲ, ਇਹਨਾਂ ਦੇ ਸੀਨੀਅਰ ਮੈਨੇਜਰ ਆਏ ਨੇ, ਉਹਨਾਂ ਦੀ ਹਾਜ਼ਰੀ ਚੈੱਕ ਕੀਤਾ ਗਿਆ, ਟੋਟਲੀ ਰਿਕਾਰਡ ਜਿਹੜਾ ਸੇਫ ਆ, ਕੈਸ਼ ਵਗੈਰਾ ਸਾਰਾ ਕੁਝ ਸੇਫ ਆ। ਨਾਮ ਕਿਆ? ਨਿਰਮਲ ਹੈ, ਚੀਫ ਲੀਡ ਡਿਸਟ੍ਰਿਕਟ ਮੈਨੇਜਰ ਹੈ, ਤਰਨ ਤਾਰਨ ਸਭੀ ਬੈਂਕ, ਪੰਜਾਬ ਨੈਸ਼ਨਲ ਬੈਂਕ ਲੀਡ ਬੈਂਕ ਹੈ, ਇਸ ਲਈ ਉਸਕੇ ਪੰਜਾਬ ਨੈਸ਼ਨਲ ਬੈਂਕ ਕੇ ਅਧਿਕਾਰੀ ਲੀਡ ਮੈਨੇਜਰ ਹੋਤੇ। ਤੋ ਸਭਸੇ ਪਹਿਲੇ ਤੋ ਹਮ ਮਹਿਕਮੇ ਕੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੇ ਜੋ ਪੁਲਿਸ ਵਿਭਾਗ ਹੈ, ਫਾਇਰ ਬ੍ਰਿਗੇਡ ਹੈ, ਇਤਨਾ ਪ੍ਰੋਂਪਟ ਸਰਵਿਸ ਦੀਏ, ਇਤਨਾ ਬੜੀਆਂ ਸੇ ਇਤਨਾ ਹੈਲਪ ਕਰਕੇ, ਪਲੱਸ ਲੋਕਲ ਜੋ ਲੋਕ ਹੈ, ਸਾਰੇ ਲੋਕ ਹੀ, ਤੋ ਉਨਕੋ ਸਭੀ ਕੋ ਧੰਨਵਾਦ ਕਰਨਾ ਚਾਹਤੇ ਹੈ। ਹਮਾਰੀ ਬੈਂਕ ਕੇ ਸਾਰੀ
ਸਮਾਨ ਰਿਕਾਰਡ ਬਚਾਵ ਹੋ ਗਈ ਹੈ। ਮੋਹਾਲੀ ਦੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਨੇ ਆਪਸੀ ਰੰਜਿਸ਼ ਕਾਰਨ ਗੋਲੀ ਚਲਾ ਦਿੱਤੀ। ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਉਸਦਾ ਇਲਾਜ PGI ਚੰਡੀਗੜ੍ਹ ਵਿਖੇ ਚੱਲ ਰਿਹਾ, ਪਰ ਇੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਗੁਰਦਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਹੁਣ ਇਸ ਮਾਮਲੇ ਵਿੱਚ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੀੜਤਾ ਦੇ ਬਿਆਨ ਵੀ ਲਏ ਜਾ ਰਹੇ ਹਨ। ਜੀ, CM ਮੁੱਖ ਮੰਤਰੀ ਪੰਜਾਬ ਮਾਨਯੋਗ ਪ੍ਰਭਾਤ ਸਿੰਘ ਜੀ ਔਰ ਸਾਡੇ ਜਿਹੜੇ DGP ਪੰਜਾਬ ਹੈ ਗੌਰਵ ਯਾਦਵ ਸਰ, ਉਹਨਾਂ ਦੀ ਸਾਨੂੰ ਕੰਟੀਨਿਊਡ ਹੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ, ਉਹਦਾ ਇੱਕ ਬੜਾ ਇੰਪੋਰਟੈਂਟ ਆਸਪੈਕਟ ਹੈ ਜਿਹਦੇ 'ਚ ਅਸੀਂ ਜਿੰਨੇ ਵੀ ਸਾਡੇ NDPS ਕਮਰਸ਼ੀਅਲ ਕੁਆਂਟਿਟੀ ਦੇ ਕੇਸ ਹੁੰਦੇ ਆ ਉਹਦੇ 'ਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਸਾਰਿਆਂ 'ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੂਵੇਬਲ ਪ੍ਰੋਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰੱਗ ਪੈਡਲਰ ਜਾਂ ਡਰੱਗ ਸਮੱਗਲਰ, ਉਹਨਾਂ ਦੀ ਅਸੀਂ ਪ੍ਰੋਪਰਟੀ ਨੂੰ ਕੰਪੀਟੈਂਟ ਅਥਾਰਿਟੀ ਤੋਂ ਫਰੀਜ਼ ਕਰਾਉਣਾ ਹੈ ਸੋ ਦੈਟ ਜਿਹੜੀ ਵੀ ਉਹਨੇ ਡਰੱਗਸ ਦੀ ਇਨਕਮ ਤੋਂ ਇਹ ਆਪਣੀ ਚੱਲ ਜਾਂ ਅਚਲ ਪ੍ਰੋਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਜਾਂ ਕਿਸੇ ਨੂੰ ਵੀ ਮਤਲਬ ਮੋਰਗੇਜ ਸੇਲ ਕੁਛ ਵੀ ਨਾ ਕਰ ਪਾਏ। ਉਹਦੇ ਤਹਿਤ ਹੀ ਜਿਹੜੇ SHO ਸਮਰਾਲਾ ਹੈ ਉਹਨਾਂ ਨੇ ਦੋ ਇੱਦਾਂ ਦੇ ਕੇਸਿਸ ਰੀਸੈਂਟਲੀ NDPS 'ਤੇ ਫਰੀਜ਼ ਕਰਾਏ ਹੈ। 68F NDPS ਪ੍ਰੋਪਰਟੀ ਫਰੀਜ਼ਰ ਜਿਹਦਾ ਤੁਸੀਂ ਪਿੱਛੇ ਦੇਖ ਰਹੇ ਹੋ, ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰੋਪਰਟੀ ਸੀ ਉਹ ਅਸੀਂ ਦਿੱਲੀ ਦੇ ਕੰਪੀਟੈਂਟ ਅਥਾਰਿਟੀ ਨੂੰ ਭੇਜੀ। ਉਹਨਾਂ ਨੇ ਪ੍ਰੋਪਰ ਇਹ ਕੇਸ ਐਗਜ਼ਾਮਿਨ ਕੀਤਾ ਅਤੇ ਉਹਦੇ 'ਚ ਇਹ ਪ੍ਰੂਵ ਹੋ ਗਿਆ ਕਿ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰੂ ਨਾਨਕ ਰੋਡ ਸਮਰਾਲਾ, ਇਹਨੇ 2021 'ਚ ਅਸੀਂ ਇੱਕ NDPS ਦਾ ਪਰਚਾ ਦਰਜ ਕੀਤਾ ਸੀ ਜਿਹਦੇ 'ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟਿਟੀ 'ਤੇ ਰਿਕਵਰ ਹੋਈਆਂ ਸੀ, ਉਹਦੇ 'ਚ ਉਹਨੂੰ ਸਜ਼ਾ ਵੀ ਹੋਈ ਹੈ। ਸੋ ਬੇਸਿਕਲੀ ਇਹਦੇ 'ਚ ਪ੍ਰੂਵ ਹੋ ਗਿਆ ਕਿ ਜਿਹੜੀ ਇਹਦੀ ਰੈਜੀਡੈਂਸ਼ੀਅਲ ਏਰੀਆ ਇਹਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ। ਹੁਣ ਸਾਨੂੰ ਆਰਡਰ ਮਿਲ ਗਿਆ ਕਿ SHO ਦੀ ਪਰਮਿਸ਼ਨ ਤੋਂ ਬਿਨਾਂ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਉਣਗੇ, ਨਾ ਵੇਚ ਪਾਉਣਗੇ ਜਾਂ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ। ਸੋ ਇੱਕ ਬੜਾ ਵਧੀਆ ਉਪਰਾਲਾ ਜਿੱਥੇ ਜਿਹੜੇ ਇੱਥੇ ਦੇ ਰੈਜੀਡੈਂਸ਼ੀਅਲ ਲੋਕ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਇਹ ਸੁਖਪਾਲ ਸਿੰਘ ਹੈ ਇਹਨੇ ਪ੍ਰੋਪਰਟੀ ਇਲੀਗਲ ਵੇ ਨਾਲ ਬਣਾਈ ਹੈ। ਸੋ ਇੱਕ ਵੱਡੀ ਚੋਟ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ, ਸੋ ਦੈਟ ਉਹਨਾਂ ਦੀ ਅਗਲੀ ਜਨਰੇਸ਼ਨਸ ਵੀ ਇਹਨੂੰ ਮਿਸਯੂਜ਼ ਨਾ ਕਰ ਪਾਉਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇੰਸਪੀਰੇਸ਼ਨ ਹੈ ਕਿ ਇੱਦਾਂ ਦੇ ਕੰਮਾਂ 'ਚ ਪਾਓਗੇ ਤਾਂ ਤੁਹਾਡੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨਸ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ। ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰੋਪਰਟੀ 'ਤੇ ਵੀ ਇੱਦਾਂ ਹੀ ਨੋਟਿਸ ਲਾਉਣਾ। ਮੇਰੀ ਅਪੀਲ ਇਹੀ ਲੋਕਾਂ ਨੂੰ ਹੋਏਗੀ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੀ ਇਨਪੁੱਟ ਵੱਧ ਚੜ੍ਹ ਕੇ ਦਿਓ ਸੋ ਦੈਟ ਅਸੀਂ ਇਹਨਾਂ 'ਤੇ ਕੰਮ ਕਰੀਏ ਔਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਅੱਜ ਮੋਗਾ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਕਾਸਕ ਆਪਰੇਸ਼ਨ ਤਹਿਤ ਵੱਖ ਵੱਖ ਬਸਤੀਆਂ ਵਿੱਚ ਵੀ ਚੈਕਿੰਗ ਅਭਿਆਨ ਚਲਾਇਆ ਗਿਆ। ਸਿਟੀ ਏਰੀਆ ਦੇ ਜਿਹੜੇ ਸਸਪੈਕਟਡ ਪਲੇਸਿਸ ਨੇ ਜਿੱਥੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਉਹਨਾਂ 'ਤੇ ਅਸੀਂ ਉਹਨਾਂ ਨੂੰ ਇਲਾਕਿਆਂ ਨੂੰ ਘੇਰ ਕੇ ਜਿਹੜੇ ਸ਼ੱਕੀ ਹਾਊਸਿਸ ਨੇ ਜੋ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਔਰ ਰਿਕਵਰੀਜ਼ ਵੀ ਹੋ ਰਹੀਆਂ ਬਕਾਇਦਾ। ਜਦੋਂ ਜਿੰਨੀ ਵੀ ਰਿਕਵਰੀ ਹੋਏਗੀ ਆਫਟਰ ਜਦੋਂ ਆਪਰੇਸ਼ਨ ਖਤਮ ਹੋਏਗਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ। ਕਿੰਨੇ ਕੁ ਮੁਲਾਜ਼ਮ ਸਰ? ਕਰੀਬ 150 ਮੁਲਾਜ਼ਮ ਨੇ ਵੱਖ ਵੱਖ ਥਾਣਿਆਂ ਦੇ SHOs ਨੇ ਉਹ ਨਾਲ ਨੇ ਅਲੱਗ ਅਲੱਗ ਪਾਰਟੀਆਂ ਲੈ ਕੇ ਬਸਤੀ ਨੂੰ ਕੁਆਰਡਨ ਕਰਕੇ ਜਿਹੜੇ ਸ਼ੱਕੀ ਘਰ ਦੇ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦਾ ਸਰਚ ਕਰ ਰਹੇ ਨੇ। ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ? ਮੈਸੇਜ ਇਹੀ ਦੇਣਾ ਚਾਹਾਂਗੇ ਵੀ ਜੋ ਵੀ ਨਸ਼ਾ ਕਰਦਾ ਉਹ ਨਸ਼ੇ ਦਾ ਤਿਆਗ ਕਰੇ, ਬਾਕੀ ਜੋ ਨਸ਼ਾ ਵੇਚਦਾ ਉਹਦੇ ਬਾਰੇ ਇਨਫੋਰਮੇਸ਼ਨ ਦਿਓ, ਅਸੀਂ ਉਹਦੇ ਅਗੇਂਸਟ ਕਾਰਵਾਈ ਕਰਾਂਗੇ।
ਫਿਲਹਾਲ ਬਰਾਮਦਗੀ ਹੋ ਰਹੀ ਹੈ, ਅਜੇ ਓਪਰੇਸ਼ਨ ਚੱਲ ਰਿਹਾ। ਇਸ ਓਪਰੇਸ਼ਨ ਦੇ ਐਂਡ ਵਿੱਚ ਜੋ ਵੀ ਟੋਟਲ ਬਰਾਮਦਗੀ ਹੋਏਗੀ ਤੁਹਾਨੂੰ ਉਹਦੇ ਬਾਰੇ ਦੱਸਤਾ ਜਾਏਗਾ। ਪੰਜਾਬ ਸਰਕਾਰ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਪੰਜਾਬ ਵਿੱਚ ਕਈ ਮੁਹੱਲਾ ਕਲੀਨਿਕ ਵੀ ਸਥਾਪਿਤ ਕਰ ਚੁੱਕੇ ਹਨ ਤਾਂ ਜੋ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਨੇੜੇ ਮਿਲ ਸਕਣ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਅੱਜ ਅਸੀਂ ਤੁਹਾਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਂਦੇ ਹਾਂ ਜਿੱਥੇ ਮਰੀਜ਼ ਆ ਰਹੇ ਹਨ, ਕਿਉਂਕਿ ਹੁਣ ਪੰਜਾਬ ਸਰਕਾਰ ਸਾਰੀਆਂ ਦਵਾਈਆਂ ਅਤੇ ਟੈਸਟ ਮੁਫਤ ਦੇ ਰਹੀ ਹੈ। ਪਰ ਇਸ ਸਭ ਦਾ ਇੱਕ ਹੀ ਫਾਇਦਾ ਹੈ, ਜੇਕਰ ਹਸਪਤਾਲਾਂ ਵਿੱਚ ਡਾਕਟਰ ਹਨ ਤਾਂ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਹੈ ਡਾਕਟਰਾਂ ਦੀ ਘਾਟ। ਇਹੀ ਕਾਰਨ ਹੈ ਕਿ ਡਾਕਟਰਾਂ ਦੇ ਕੈਬਿਨਾਂ ਨੂੰ ਤਾਲੇ ਲੱਗੇ ਹੋਏ ਹਨ। ਜਰਨੈਲ ਸਿੰਘ ਕੋਟ ਮੰਗ ਹਾਂ ਜੀ, ਕੱਲ੍ਹ ਆਏ ਸੀ ਜੀ, ਪਰਚੀ ਕਟਾਈ ਆ ਅਤੇ ਭਖਾਈ ਕਰਾਈ, ਕਦੇ ਉੱਧਰ ਭੇਜ ਦਿੰਦੇ ਕਦੇ ਇੱਧਰ ਭੇਜ ਦਿੰਦੇ। ਆਹ ਦਫ਼ਤਰ ਬੰਦ ਸੀ, ਹੁਣ 7 ਵਜੇ ਦੇ ਆਣ ਕੇ ਬੈਠੇ, ਸਾਡੀ ਕੋਈ ਸੁਣਾਈ ਨਹੀਂ, ਕੋਈ ਦਵਾਈ ਨਹੀਂ ਸਾਨੂੰ ਮਿਲ ਰਹੀ ਨਹੀਂ, ਕੋਈ ਨਹੀਂ। ਸਰਕਾਰ ਤਾਂ ਬੜੇ ਦਾਅਵੇ ਕਰੀ ਜਾਂਦੀ ਹੈ ਜੀ, ਬਹੁਤ ਕਰੀ ਜਾਵੇ ਕਰਦੀ, ਪਰ ਇੱਥੇ ਹਾਲ ਵੇਖੋ ਕੀ ਹੋ ਰਿਹਾ ਦੁਨੀਆ ਦਾ। ਹਾਂ, ਬਹੁਤ ਮੰਦਾ ਹਾਲ ਹੋ ਰਿਹਾ ਜਨਤਾ ਦਾ। 7 ਵਜੇ ਤੋਂ ਬੈਠੇ ਮਰੀਜ਼, ਅਜੇ ਤੱਕ ਡਾਕਟਰ ਨੇ ਚੈੱਕ ਨਹੀਂ ਕੀਤਾ। ਡਾਕਟਰ ਨਹੀਂ ਆਏ ਵੀ ਹਲੇ? ਨਹੀਂ, ਡਾਕਟਰ ਬੈਠੇ ਚੈੱਕ ਨਹੀਂ ਕੀਤੇ, ਹੁਣ ਆਏ ਡਾਕਟਰ। ਪਰਚੀਆਂ ਵੀ ਨਹੀਂ ਫੜੀਆਂ ਜੀ ਕਿਸੇ, ਹਲੇ ਪਰਚੀਆਂ ਨਹੀਂ। ਆਹ ਦੇਖੋ, ਆਹ ਦੇਖੋ ਜੀ, ਕਹਿੰਦੇ ਨੇ ਜੀ ਡਾਕਟਰ ਸਾਹਿਬ ਗਏ ਹੋਏ, ਕਹਿੰਦੇ ਆ ਜਾਂਦੇ। ਹੋਰ ਹਾਲਾਤ ਸਵੇਰ ਦੇ ਭੁੱਖੇ ਹੀ ਬੈਠੇ ਆ, ਕੋਈ ਇੱਥੇ ਮਾਂ ਹੈ ਨਹੀਂ ਜਿਹਨੂੰ ਕਹਿ ਵੀ ਰੋਟੀ ਖਵਾ ਦੇ, ਪਾਣੀ ਵੀ ਨਹੀਂ ਪੀਤਾ, ਉਵੇਂ ਬੈਠੇ ਆ। ਸਰਕਾਰੀ ਛੁੱਟੀ ਨਹੀਂ ਗਈ, ਜਿਹੜੇ ਅਲਟਰਾਸਾਊਂਡ ਵਾਲੇ ਡਾਕਟਰ ਆ ਉਹਨਾਂ ਦਾ ਬੀਸੀ ਸੀਗੀ ਅਤੇ ਉਹ ਸਾਡੇ ਕੋਲ ਰੇਡੀਓਲੋਜਿਸਟ ਸੀਗੇ, ਪ੍ਰਮੋਟ ਹੋ ਕੇ ਅਤੇ SMO ਬਦਨੀ ਕਲਾਂ ਲੱਗੇ ਹੋਏ, ਅਤੇ ਉਹਨਾਂ ਕੋਲ 2-4 ਆ SMO ਬਦਨੀ ਦਾ ਅਤੇ DMC ਦਾ, ਅਤੇ ਇਸ ਕਰਕੇ ਉਹ ਆਪਣੇ ਬੀਸੀ ਸੀਗੇ। ਅਤੇ ਔਰਥੋ ਦੇ ਡਾਕਟਰ ਇੱਕ ਦੇ ਪਟੰਟੀ ਲੀਵ 'ਤੇ ਚਲੇ ਗਏ, ਸਰਜਨ ਇੱਕ ਪਟੰਟੀ ਲੀਵ 'ਤੇ, ਇੱਕ ਸਰਜਨ ਦੀ ਟ੍ਰੇਨਿੰਗ ਲੱਗੀ ਹੋਈ ਹੈ 4 ਦਿਨਾਂ ਲਈ ਅੱਜ ਤੋਂ ਚੰਡੀਗੜ੍ਹ। ਅਤੇ ਹੋਰ ਤੁਸੀਂ ਜਿਹੜੇ ਗੱਲ ਕਰ ਰਹੇ ਹੋ, ENT ਵਾਲੇ ਸਪੈਸ਼ਲੀ ਸਾਡੇ ਕੋਲ ਵੈਸੇ ਹੀ 2 ਮਹੀਨੇ ਪਹਿਲਾਂ ਰਿਜ਼ਾਈਨ ਦੇ ਗਏ ਹੈ। ਆਈ ਦੇ ਵੀ ਜੇ ਆਪਾਂ ਗੱਲ ਕਰੀਏ ਉਹ ਵੀ ਨਹੀਂ ਹੈਗੇ, ਸਰਜੀਕਲ ਦੀ ਜੇ ਗੱਲ ਕਰੀਏ ਤਾਂ ਉਹ ਵੀ ਨਹੀਂ ਹੈਗੇ। ਸਰਜਨ ਅੱਜ ਇੱਕ ਸਰਜਨ ਅੱਜ ਮੌਜੂਦ ਸੀ ਜੀ, ਉਹ ਕੇਸ ਕਰ ਰਹੇ ਸੀ, ਉਹਨਾਂ 3 ਕੇਸਿਸ ਰੱਖੇ ਹੋਏ ਸੀਗੇ ਅਤੇ ਆਈ ਸਪੈਸ਼ਲਿਸਟ ਅੱਜ ਲੀਵ 'ਤੇ ਸੀ। ਡਾਕਟਰ ਸਾਹਿਬ ਜੇ ਆਪਾਂ ਮੋਗਾ ਦੀ ਗੱਲ ਕਰੀਏ ਸਰਕਾਰੀ ਹਸਪਤਾਲ, ਤਾਂ ਇਸ ਵੇਲੇ ਕਿੰਨੇ ਕੁ ਡਾਕਟਰਾਂ ਦੀ ਜਿਹੜੀ ਕਮੀ ਹੈਗੀ, ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਬਹੁਤ ਸਿਹਤ ਸਹੂਲਤਾਂ ਦੇਣ ਦੀ ਗੱਲ ਕਰਦੀ ਹੈਗੀ ਹੈ, ਉੱਥੇ ਜਿਹੜੇ ਕਿ ਕੁਛ ਡਾਕਟਰ ਜਿਹੜੇ ਬੈਠੇ ਨੇ ਉਹ ਸੀਨੀਅਰ ਸਿਟੀਜ਼ਨ ਦੀਆਂ ਬਾਹਾਂ ਫੜ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਕਮਰੇ ਤੋਂ। ਦੇਖੋ ਜੀ, ਕਮੀ ਤਾਂ ਹੈ ਹੀ ਹੈ ਡਾਕਟਰ ਦੀ, ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਰੈਗੂਲਰ ਹੈ ਨਹੀਂ, ਪੈਰੀਫਰੀ ਤੋਂ ਲਾਏ ਹੋਏ ਆ, ਅਤੇ ਉਹ ਵੀ ਹੁਣ 2-3 ਦਿਨ ਹੀ ਆਉਂਦੇ, 3 ਦਿਨ ਦੂਸਰੇ ਡਾਕਟਰ ਸਾਹਿਬ 1 ਮੰਥ ਦੀ ਆਨ ਲੀਵ 'ਤੇ ਆ, ਅਤੇ ਇਸ ਕਰਕੇ ENT ਸਪੈਸ਼ਲਿਸਟ ਸਾਡੇ ਕੋਲ ਵੇਕੈਂਟ ਆ, ਆਈ ਦੀ ਇੱਕ ਪੋਸਟ ਵੇਕੈਂਟ ਹੈ, ਅਤੇ ਮੇਨ ਹੈ ਅਲਟਰਾਸੋਨੋਗ੍ਰਾਫੀ ਦੀ, ਅਲਟਰਾਸਾਊਂਡ ਦੇ ਡਾਕਟਰ ਸਾਹਿਬਾਨ ਦੀ ਵੇਕੈਂਟ ਪੋਸਟ ਹੈ, ਅਤੇ ਪੋਸਟਾਂ ਦਾ ਵੇਕੈਂਟ ਪਈਆਂ ਜੀ। ਇੱਕ ਪਾਸੇ ਆਪਾਂ ਗਾਈਡਲਾਈਨ ਜਾਰੀ ਕਰਦੇ ਹੈਗੇ ਹਾਂ ਜੀ, 12 ਵਜੇ ਤੋਂ ਲਾ ਕੇ 3 ਵਜੇ ਤੱਕ ਚਲਾਗਾ, ਲੋਕ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਘਰਾਂ ਤੋਂ ਬਾਹਰ ਨਾ ਨਿਕਲਣ, ਪਰ ਇੱਥੇ ਜਿਹੜੇ ਹੈਗੇ ਨੇ ਹਾਲ ਆਪਾਂ ਦੇਖ ਰਹੇ ਹੈਗੇ ਨੇ ਮਰੀਜ਼ਾਂ ਦੇ। ਨਹੀਂ ਜੀ, ਹੁਣ DF 'ਤੇ ਅਚਾਨਕ ਇੱਕਦਮ ਸਭ ਨੇ ਚਲੇ ਜਾਣਾ ਤਾਂ ਇਹ ਤਾਂ ਹਾਲਾਤ ਦਾ ਆਪਾਂ ਸਮਝ ਸਕਦੇ ਹਾਂ, ਪਰ ਰਿਲੀਫ ਵੀ ਇੱਥੇ ਆ ਕੇ ਲੋਕਾਂ ਨੂੰ ਮਿਲਦਾ ਜਦੋਂ ਆਉਂਦੇ ਆ। ਫਗਵਾੜਾ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿੱਚ 8 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਗਵਾੜਾ ਦੇ DSP ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾ ਮਾਮਲਾ ਫਗਵਾੜਾ ਦੇ ਮਨਸਾ ਦੇਵੀ ਨਗਰ ਦਾ ਹੈ, ਜਿੱਥੇ ਮਾਮੂਲੀ ਝਗੜੇ ਤੋਂ ਬਾਅਦ ਕਲਯੁਗੀ ਚਾਚੇ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ। ਉਸ ਨੂੰ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਹਿਲਾਂ ਤੇ ਸਾਨੂੰ ਜਿਹੜਾ ਮਾਮਲਾ ਹੈਗਾ ਉਹ ਸਿਟੀ ਫਗਵਾੜਾ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ, ਮਿਤੀ 18/6/2024 ਨੂੰ।
ਕਿ ਗਾਂਧੀ ਹੋਸਪਿਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਅਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਜਿਹੜੀ ਬਰੋਡ ਡੈੱਡ ਘੋਸ਼ਿਤ ਕੀਤੀ ਸੀਗੀ। ਜੋ ਜਿਸ ਤਰ੍ਹਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਮੌਕੇ 'ਤੇ ਪਹੁੰਚੇ। ਮੌਕੇ 'ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਬ ਵੂੰਡਸ ਨੇ, ਜਿਹੜੇ ਸੂਰਾ ਘੁੱਪਣ ਦੇ ਨਿਸ਼ਾਨ ਜਿਹੜੇ ਪਾਏ ਗਏ ਆ। ਅਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ, ਇਹਦੇ ਵਿੱਚ ਆਪਣੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ, ਜਿਹਦੇ ਵਿੱਚ ਸਾਡੇ SHO ਸਿਟੀ ਜਤਿੰਦਰ ਜੀ ਅਤੇ SHO ਸਤਨਾਮਪੁਰਾ ਗੌਰਵ ਧੀਰ ਜੀ ਸ਼ਾਮਿਲ ਸੀਗੇ। ਅਤੇ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਹੈਗਾ, ਇਹਦੇ ਵਿੱਚ ਅਸੀਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ। ਅਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਂ ਮੁਸਾਹਿਬ ਹੈਗਾ ਅੰਸਾਰੀ, ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ। ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅੰਸਾਰੀ, ਉਹ ਅਤੇ ਜਿਹੜਾ ਮਾਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ। ਜਿਹੜੇ ਮੁਸਾਹਿਬ ਅੰਸਾਰੀ ਹੈ ਉਹ ਚਾਚਾ, ਉਹਨੇ ਆਪਣੇ ਭਤੀਜੇ ਦਾ ਕਤਲ ਕੀਤਾ। ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਜਿਹੜੀ ਸਾਨੂੰ ਪਤਾ ਲੱਗੀ, ਇਹਨਾਂ ਦੀ ਕੋਈ ਪਰਸਨਲ ਆਪਣੀ ਐਨਮਿਟੀ ਸੀਗੀ, ਜਿਹਦੇ ਕਰਕੇ ਦੋਨਾਂ ਦੀ ਮਨਸਾ ਦੇਵੀ ਨਗਰ ਜਿੱਥੇ ਰਹਿੰਦੇ ਆ ਉੱਥੇ ਇਹਨਾਂ ਦੀ ਸਕਫਲ ਹੁੰਦੀ ਹੈ ਅਤੇ ਉਸੇ ਦੌਰਾਨ ਜਿਹੜੀ ਹੈ ਜਿਹੜਾ ਸਾਹਿਲ ਉਹਦੀ ਮੌਤ ਹੋ ਜਾਂਦੀ ਹੈ। ਅਤੇ ਜਿਹੜਾ ਦੂਜਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਦੂਜੇ ਮਾਮਲੇ ਦੇ ਵਿੱਚ ਜੀ ਅੱਜ ਨਿਊ ਪਟੇਲ ਨਗਰ ਸਾਡੇ ਇੱਕ ਮਿੱਤਰ ਆਈ ਹੋਸਪਿਟਲ, ਮਸ਼ਹੂਰ ਹੋਸਪਿਟਲ ਹੈ, ਉਹਦੇ ਲਾਗੇ ਇੱਕ ਪਟੇਲ ਨਗਰ ਪੈਂਦਾ, ਉੱਥੇ ਕੁਛ ਹਥਿਆਰਬੰਦ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈਗਾ ਘਰ ਦੇ ਉੱਤੇ ਹਮਲਾ ਕੀਤਾ ਗਿਆ ਸੀ। ਜੋ ਜਿੱਦਾਂ ਹੀ ਸਾਨੂੰ ਐਵੇਂ ਦੀ ਇਨਫੋਰਮੇਸ਼ਨ ਮਿਲੀ, ਅਸੀਂ ਤੁਰੰਤ ਜਿਹੜਾ PCR ਨੂੰ ਡਿਸਪੈਚ ਮੌਕੇ 'ਤੇ ਕੀਤਾ। ਸਾਡੇ PCR ਨੇ ਦਲੇਰੀ 'ਤੇ ਛੇਤੀ ਪ੍ਰਤੀਕਿਰਿਆ ਕਰਦੇ ਹੋਏ, ਦਲੇਰੀ ਦਿਖਾਉਂਦੇ ਹੋਏ ਜਿਹੜਾ ਹੈਗਾ ਉਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਮੌਕੇ 'ਤੇ ਡੱਕਿਆ। ਅਤੇ ਉਸ ਤੋਂ ਬਾਅਦ ਜਿਹੜੀ ਐਡੀਸ਼ਨਲ ਫੋਰਸ ਜਿਹੜੀ ਹੈ SHO ਸਿਟੀ ਅਤੇ ਇੰਸਪੈਕਟਰ ਅਮਨ ਜਿਹੜੇ ਹੈਗੇ ਨੇ ਟ੍ਰੈਫਿਕ ਇੰਚਾਰਜ, ਉਹਨਾਂ ਦੇ ਹੇਠ ਅਸੀਂ ਉੱਥੇ ਪਹੁੰਚੀ ਅਤੇ ਅਸੀਂ ਉਹਨਾਂ ਨੂੰ ਮੌਕੇ ਤੋਂ ਹੀ ਜਿਹੜਾ ਹੈਗਾ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਉਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਉਹਨਾਂ ਵਿੱਚ ਲੈਂਦੀ ਜਾ ਰਹੀ। ਅਤੇ ਇਹਨਾਂ ਤਿੰਨਾਂ ਦਾ ਨਾਮ ਕਲੀਅਰ ਹੋ ਗਿਆ ਜੀ? ਹਾਂਜੀ, ਇਹਨਾਂ ਤਿੰਨਾਂ ਦਾ ਨਾਮ ਕਲੀਅਰ ਹੋ ਗਿਆ, ਕੌਣ ਸੀ ਇਹ? ਹਾਂਜੀ, ਫਿਲਹਾਲ ਅਸੀਂ ਜਿਹੜਾ ਹੈਗਾ ਇਹਨਾਂ ਨੇ ਜੋ ਜ਼ਬਾਨੀ ਸਾਨੂੰ ਦੱਸਿਆ ਉਸ ਹਿਸਾਬ ਨਾਲ ਅਸੀਂ ਅਜੇ ਇਸ ਚੀਜ਼ ਨੂੰ ਜਿਹੜਾ ਹੋਰ ਅੱਗੇ ਜਾ ਕੇ ਉਜਾਗਰ ਕਰ ਦਿਆਂਗੇ। ਸਮਰਾਲਾ ਦੇ ਮਨੂ ਨਗਰ ਅਤੇ ਰਾਮਨਗਰ ਵਿਖੇ DSP ਸਮਰਾਲਾ ਤਰਲੋਚਨ ਸਿੰਘ, SHO ਰਾਓ ਵਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਰੋਕਣ ਸੰਬੰਧੀ ਨੁੱਕੜ ਮੀਟਿੰਗ ਕੀਤੀ ਗਈ। ਇਸ ਨੁੱਕੜ ਮੀਟਿੰਗ ਵਿੱਚ ਮੁਹੱਲਾ ਨਿਵਾਸੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ DSP ਤਰਲੋਚਨ ਸਿੰਘ ਨੇ ਕਿਹਾ ਹੈ ਕਿ ਆਪਾਂ ਨੂੰ ਤਾਂ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸੁਚੇਤ ਹੋਣਾ ਪੈਂਦਾ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ, ਜੇਕਰ ਤੁਹਾਡੇ ਮੁਹੱਲੇ ਵਿੱਚ ਜਾਂ ਤੁਹਾਡੇ ਘਰ ਦੇ ਆਸ ਪਾਸ ਜਾਂ ਕੋਈ ਨਸ਼ਾ ਪੀਂਦਾ ਹੈ ਜਾਂ ਵੇਚਦਾ ਹੈ ਤਾਂ ਸਾਨੂੰ ਉਸਦੀ ਸੂਚਨਾ ਪਹਿਲ ਦੇ ਆਧਾਰ ਤੇ ਦਿੱਤੀ ਜਾਵੇ। ਜਿਹੜਾ ਡਰੱਗ ਯੂਜ਼ ਬਾਰੇ ਹੀ ਸੈਮੀਨਾਰ ਸਾਡੇ ਰਾਮਨਗਰ ਮਨੂ ਨਗਰ ਸਮਰਾਲੇ ਦੇ ਵਿੱਚ ਲਾਇਆ ਗਿਆ, ਜਿੱਥੇ ਲੋਕਾਂ ਵੱਲੋਂ ਵੀ ਬਹੁਤ ਸਹਿਯੋਗ ਦਾ ਜਿਹੜਾ ਸਾਨੂੰ ਵਿਸ਼ਵਾਸ ਦਵਾਇਆ ਗਿਆ। MC ਸਾਹਿਬ ਬੜੇ ਵਧੀਆ, ਯੂਥ ਜਿਹੜੀ ਸਾਡੀ ਆ ਖੜੇ ਸਾਹਮਣੇ ਦੇਖ ਹੀ ਰਹੇ ਹਾਂ। ਅਸੀਂ ਇਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਜੇ ਇੱਥੇ ਕੋਈ ਡਰੱਗ ਪੈਡਲ ਵਾਲਾ ਨਸ਼ਾ ਵੇਚਣ ਵਾਲਾ ਵੇਚ ਚੁੱਕੋਗਾ ਸਾਨੂੰ ਦੱਸਣ, ਅਸੀਂ ਉਹਦੀ ਆਈਡੈਂਟੀ ਜਿਹੜੀ ਬਿਲਕੁਲ ਸੀਕ੍ਰੇਟ ਰੱਖਾਂਗੇ। ਅਸੀਂ ਇਹ ਨਸ਼ੇ ਦੀ ਜਿਹੜਾ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ, ਸਾਡੇ ਸੀਨੀਅਰ ਅਫਸਰਾਂ ਦੀਆਂ SSP ਸਾਹਿਬ ਅਤੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਨੇ, ਇਸ ਨਸ਼ੇ ਦੀ ਜਿਹੜੀ ਸਪਲਾਈ ਦੀ ਚੈਨ ਹੈ ਉਹਨੂੰ ਤੋੜਨਾ ਚਾਹ ਰਹੇ ਹਾਂ, ਬਿਲਕੁਲ ਤੋੜਾਂਗੇ। ਨਸ਼ੇ ਦੇ ਸਮਗਲਰਾਂ ਨੂੰ ਅਸੀਂ ਨਸੀਹਤ ਵੀ ਹੈ ਮੇਰੇ ਵੱਲੋਂ ਅਤੇ ਅਪੀਲ ਵੀ ਆ, ਨਸ਼ਾ ਵੇਚਣ ਵਾਲੇ ਜਾਂ ਤਾਂ ਸਾਡਾ ਇਲਾਕਾ ਛੱਡ ਜਾਣ, ਅਦਰਵਾਈਜ਼ ਬਿਲਕੁਲ ਜਿਹੜੀ ਸਖਤ ਇਹੋ ਜਿਹਾ ਬੁੱਕ ਕਰਾਂਗੇ ਤਾਂ ਕਿ ਉਹ 1-2 ਸਾਲ ਉਹਨਾਂ ਦੇ ਅੰਦਰ ਲਵਾਵਾਂਗੇ। ਮੁੜ ਕੇ ਜਿਹੜੀ ਸਾਡੀ ਦੂਜੀ ਯੂਥ ਹੈ, ਜਿਹੜੀ ਨਵੇਂ ਬੱਚੇ ਲੱਗਦੇ ਆ, ਅਸੀਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹਨੂੰ ਬਚਾਵਾਂਗੇ ਅਤੇ ਨਸ਼ੇ ਨੂੰ ਬਿਲਕੁਲ ਠੱਲ ਪਾਵਾਂਗੇ। ਇਹ ਅਗਲੀ ਜਿਹੜੀ ਨਸ਼ੇ ਦੇ ਸਮਗਲਰ ਨੇ ਜਿਹੜੇ ਵੇਚਣ ਵਾਲੇ ਨੇ, ਸਾਡੇ ਵੱਲੋਂ ਸਖ਼ਤ ਤਾੜਨ ਆਇਆ। ਅਸੀਂ ਸਮਰਾਲੇ ਦੇ ਵਿੱਚ ਜਿਹੜੇ 2 ਨਸ਼ੇ ਦੇ ਸਮਗਲਰ ਸੀ ਉਹਦੀਆਂ ਪ੍ਰੋਪਰਟੀਆਂ ਜਿਹੜੀਆਂ ਸੀ ਅਟੈਚ ਕਰਾਈਆਂ, ਉਹ ਪ੍ਰੋਪਰਟੀਆਂ ਆਕਸ਼ਨ ਹੋਊਗੀ ਜਿਹੜੀਆਂ ਨਸ਼ੇ ਦੇ ਪੈਸੇ ਨਾਲ ਬਣਾਈਆਂ ਹੋਣਗੀਆਂ। ਸਮਰਾਲੇ ਦੇ ਵਿੱਚ ਕਰਾਈ ਹੈ, ਇੱਕ ਮਾਨਕੀ ਪਿੰਡ ਦੇ ਵਿੱਚ ਕਰਾਈ ਹੈ।
ਦੋ ਬੰਦੇ ਜਿਹੜੇ ਨਸ਼ੇ ਦੇ ਸਾਡੇ ਸੌਦਾਗਰ ਸੀ, ਉਹਨਾਂ ਦੀਆਂ ਪ੍ਰੋਪਰਟੀਆਂ ਸਾਡੇ ਖੰਨਾ ਪੁਲਿਸ ਵੱਲੋਂ ਜਿਹੜੀਆਂ ਦਿੱਲੀ ਅਥੋਰਿਟੀ ਦੇ ਥਰੂ ਅਸੀਂ ਅਟੈਚ ਕਰਾਈਆਂ ਗਈਆਂ। ਸਾਡੀ ਇਹ ਵੀ ਨਸ਼ੇ ਦੇ ਨਾਲ ਜੇ ਕੋਈ ਇਹ ਨਾ ਸੋਚੇ ਮੈਂ ਅਮੀਰ ਬਣ ਜੂਗਾ, ਇਹਦੇ ਨਾਲ ਨਾਲ ਜਿਹੜੀ ਦੀ ਪਹਿਲੀ ਕਮਾਈ ਕੀਤੀ ਹੈ ਉਹ ਵੀ ਅਸੀਂ ਖਤਮ ਕਰਾਂਗੇ। ਰਾਜਿੰਦਰ ਸਮਰਾਲਾ, ਅੱਜ ਬੌਂਦਰ ਰੋਡ ਦੇ ਰਾਮਨਗਰ ਔਰ ਮਾਨੂ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਵਨੀਤ ਗੋਂਡਲ ਜੀ SSP, ਉਹਨਾਂ ਦੀ ਡਾਇਰੈਕਸ਼ਨ ਦੇ ਨਾਲ, ਪੰਜਾਬ ਗਵਰਨਮੈਂਟ ਦੀ ਡਾਇਰੈਕਸ਼ਨ ਦੇ ਨਾਲ ਜਿਹੜਾ ਹੈ DSP ਸਰਦਾਰ ਪ੍ਰਲੋਚਨ ਸਿੰਘ ਔਰ SHO ਸਰਦਾਰ ਰਾਓ ਦਵਿੰਦਰ ਸਿੰਘ ਹੋਰਾਂ ਨੇ ਇੱਕ ਜਿਹੜੀ ਹੈ ਮੁਹੱਲੇ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਕੀਤੀ ਆ, ਅਤੇ ਖੁਸ਼ੀ ਦੀ ਗੱਲ ਇਹ ਹੈਗੀ ਕਿ ਮੀਟਿੰਗ ਇਸ ਤਰ੍ਹਾਂ ਲੋਕਾਂ ਦੇ ਨਾਲ ਪਹਿਲੀ ਵਾਰੀ ਇਹ ਮੀਟਿੰਗ ਹੋਈ ਆ, ਅਟਰੈਕਸ਼ਨ ਅਤੇ ਸੰਵਾਦ ਪਹਿਲੀ ਵਾਰੀ ਲੋਕਾਂ ਦੇ ਨਾਲ ਰਚਾਇਆ ਔਰ ਅੱਛਾ ਜਿਹੜਾ ਹੈ ਰਿਜ਼ਲਟ ਮਿਲਿਆ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ, ਲੋਕਾਂ ਦੇ ਨਾਲ ਗੱਲਾਂ ਕੀਤੀਆਂ ਕਿ ਨਸ਼ਾ ਜਿਹੜਾ ਹੈ ਸੱਚਮੁੱਚ ਹੀ ਗੋੜ ਆ ਸਾਡੇ ਯੂਥ ਨੂੰ ਬਚਾਉਣ ਵਾਸਤੇ, ਇਹਨੂੰ ਜਿਹੜਾ ਹੈ ਨਸ਼ੇ ਨੂੰ ਦੂਰ ਕਰਨਾ ਅਤੇ ਨਾਲ ਦੀ ਨਾਲ ਇੱਕ ਨਵੀਂ ਜਿਹੜੀ ਹੈ ਉਹ ਐਡ ਆਨ ਕੀਤੀ ਹੈ ਕਿ ਜਿਹੜੀ ਨਸ਼ੇ ਦੇ ਨਾਲ ਪ੍ਰੋਪਰਟੀ ਬਣੀ ਹੋਏਗੀ ਅਤੇ ਹੁਣ ਜਿਹੜੀ ਹੈ ਗਵਰਨਮੈਂਟ ਉਹ ਵੀ ਜਿਹੜੀ ਹੈ ਖਤਮ ਕਰੇਗੀ। ਸੋ ਇੱਕ ਚੰਗਾ ਕਦਮ ਹੈ ਤਾਂ ਮੈਨੂੰ ਲੱਗਦਾ ਹੈ ਕਿ ਹੋਣਾ ਚਾਹੀਦਾ। ਜੇ ਇਸ ਤਰ੍ਹਾਂ ਦੇ ਅਫਸਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚਮੁੱਚ ਪੰਜਾਬ ਦਾ ਯੂਥ ਜਿਹੜਾ ਹੈ ਉਹ ਚੰਗੇ ਪਾਸੇ ਹੋ ਰਿਹਾ। ਵਿਸ਼ਵ ਯੋਗ ਦਿਵਸ ਤੇ ਜਿੱਥੇ ਪੂਰੀ ਦੁਨੀਆ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ, ਉਸੇ ਸੰਦਰਭ 'ਚ ਅੱਜ ਮੋਗਾ ਵਿੱਚ ਵੱਖ ਵੱਖ ਥਾਵਾਂ ਤੇ ਵੀ ਯੋਗਾ ਦਿਵਸ ਮਨਾਇਆ ਗਿਆ। ਮਾਨਸਾ ਦੇ ਸਿਵਲ ਹਸਪਤਾਲ ਦੇ ਭ੍ਰਿਸ਼ਟਾਚਾਰ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ ਤੇ ਇੱਥੇ ਹੀ ਇਹ ਫੋਟੋ ਲੈ ਕੇ ਪ੍ਰਿੰਟਰ ਐਕਸਰੇ ਪੇਪਰ ਦਿੱਤਾ ਜਾਂਦਾ ਹੈ ਤੇ ਬਦਲੇ ਵਿੱਚ 120 ਰੁਪਏ ਵਸੂਲੇ ਜਾਂਦੇ ਹਨ ਅਤੇ ਇਸ ਦੀ ਕੋਈ ਰਸੀਦ ਨਹੀਂ ਦਿੱਤੀ ਜਾਂਦੀ। ਗਰੀਬ ਲੋਕਾਂ ਦੀ ਜ਼ਿੰਦਗੀ ਨਾਲ ਵੀ ਖੇਡਿਆ ਜਾ ਰਿਹਾ ਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਅੱਜ ਅਸੀਂ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਮੈਂ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਆਫਿਸ ਮੋਗਾ ਵੱਲੋਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਸਾਰਿਆਂ ਨੇ ਪਾਰਟਿਸਿਪੇਟ ਕੀਤਾ। ਅਸੀਂ ਅਪ੍ਰੈਲ ਤੋਂ ਹੀ ਇਹ ਸਾਡਾ ਇੱਕ ਡਾਇਰੈਕਟਰ ਆਫ ਆਯੁਰਵੇਦਾ ਦਾ ਚੈਨਲ ਸਟਾਰਟ ਹੋਇਆ ਸੀ। ਜੇ ਉਹ ਕੰਟੀਨਿਊ ਕਰਨਗੇ ਮੇ ਬੀ ਦੁਬਾਰਾ ਵੀ ਅਸੀਂ ਕਰ ਸਕਦੇ ਹਾਂ, ਤਾਂ ਉਹ ਉਸ 'ਤੇ ਅਸੀਂ ਸ਼ੁਰੂ ਅਪ੍ਰੈਲ ਤੋਂ ਕਰਵਾ ਰਹੇ ਹਾਂ। ਅਤੇ ਅਸੀਂ ਆਯੁਰਵੇਦ ਦੇ ਹਿਸਾਬ ਨਾਲ ਯੋਗਾ ਇੱਕ ਸਬਜੈਕਟ ਮੰਨਿਆ ਜਾਂਦਾ ਅਤੇ ਕਈ ਅਸੀਂ ਖੁਦ ਹੀ ਪ੍ਰੈਕਟੀਕਲ ਲਾਈਫ 'ਚ ਦੇਖੇ ਨੇ। ਬੈਕ ਪੇਨ ਹੋ ਗਿਆ, ਸ਼ਿਆਟਿਕਾ ਹੋ ਗਿਆ, ਜਿਵੇਂ DC ਆਫਿਸ ਮੋਗਾ ਵੱਲੋਂ ਵੀ ਜਿਸ ਸਾਹਿਬ ਨੇ ਦੱਸਿਆ, ਉਹਨਾਂ ਦਾ ਜਿਹੜਾ ਮੇਨ ਹੈਗਾ ਇਲਾਜ ਹੈਗਾ ਉਹ ਸਿਰਫ ਯੋਗਾ ਨਾਲ ਹੀ ਹੋ ਸਕਦਾ ਹੈ। ਅਸੀਂ ਆਪਾਂ ਪ੍ਰੈਕਟੀਕਲ ਲਾਈਫ 'ਚ ਦੇਖਿਆ, ਤੁਸੀਂ ਕੈਲਸ਼ੀਅਮ ਪੇਨ ਕਿਲਰ ਕਿੰਨੇ ਵੀ ਲਈ ਜਾਓ, ਲੇਕਿਨ ਯੋਗਾ ਨਾਲ ਜੋ ਇਲਾਜ ਹੁੰਦਾ ਉਹ ਕਈ ਐਲੋਪੈਥੀ ਦਵਾਈਆਂ ਨਾਲ ਵੀ ਨਹੀਂ ਹੁੰਦਾ। ਅਸਲੀ ਸਾਰੇ ਲੋਕਾਂ ਨੂੰ ਇਨਵਾਈਟ ਕਰਦੇ ਹਾਂ ਕਿ ਵੱਧੋ ਵੱਧ ਆਪਣੇ ਬੱਚਿਆਂ ਨੂੰ, ਆਪਣੀ ਫੈਮਿਲੀ ਨੂੰ ਯੋਗ ਨਾਲ ਜੋੜਨ ਤਾਂ ਕਿ ਉਹ ਯੋਗਾ ਦਾ ਪ੍ਰੋਪਰ ਲਾਭ ਲੈ ਸਕਣ। ਹਾਂਜੀ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਅੱਜ ਅੰਤਰਰਾਸ਼ਟਰੀ ਪੱਧਰ 'ਤੇ ਯੋਗ ਦਿਵਸ ਮਨਾ ਰਿਹਾ, 10ਵਾਂ ਯੋਗ ਦਿਵਸ ਹੈ। ਇਸ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਅਤੇ ਯੋਗ ਦਿਵਸ ਭਾਵੇਂ ਪਹਿਲਾਂ ਵੀ ਮਨਾਇਆ ਜਾਂਦਾ ਸੀ ਪਰ ਹੁਣ ਲੋਕਾਂ 'ਚ ਜਾਗਰੂਕਤਾ ਬਹੁਤ ਆਈ ਹੈ। ਲੋਕ ਆਪਣੀ ਸਿਹਤ ਪ੍ਰਤੀ ਅਤੇ ਆਪਣੀ ਸਰੀਰਕ ਅਤੇ ਮਾਨਸਿਕਤਾ ਨੂੰ ਤੰਦਰੁਸਤ ਰੱਖਣ ਲਈ ਯੋਗ ਕਰਦੇ ਨੇ। ਸੋ ਪਹਿਲਾਂ ਲੋਕਾਂ ਦਾ ਇਹ ਸੀ ਵੀ ਸਰੀਰਕ ਕਸਰਤ ਜ਼ਿਆਦਾ ਹੁੰਦੀ ਸੀ, ਯੋਗ ਬਾਰੇ ਜਾਣਕਾਰੀ ਨਹੀਂ ਸੀ, ਪਰ ਜੋ ਯੋਗ ਬਾਰੇ ਜਾਗਰੂਕਤਾ ਹੋਈ ਹੈ, ਲੋਕਾਂ ਨੂੰ ਅਭਿਆਨ ਸਰਕਾਰਾਂ ਵੱਲੋਂ ਚਲਾਏ ਜਾ ਰਹੇ ਹਨ ਅਤੇ ਬਹੁਤ ਹੀ ਸ਼ਲਾਘਾਯੋਗ ਵਧੀਆ ਉਪਰਾਲਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਵੱਲੋਂ ਪੰਜਾਬ ਭਰ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੌਰਾਨ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੱਖ ਵੱਖ ਮੁਹੱਲਿਆਂ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ DGP ਅਤੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੋਗਾ ਜ਼ਿਲ੍ਹੇ ਵਿੱਚ ਵੀ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ। ਅੱਜ ਸਾਰੇ ਸਾਡੇ ਜ਼ਿਲ੍ਹੇ ਮੋਗਾ ਜ਼ਿਲ੍ਹੇ 'ਚ SSC ਸਾਹਿਬ ਦੀਆਂ ਸਖ਼ਤ ਹਦਾਇਤਾਂ 'ਤੇ ਸਾਰੇ ਜਿੰਨੇ ਵੀ ਨਸ਼ੇ ਵਾਲੇ ਆ ਜਾਂ ਵੇਚ ਰਹੇ ਆ ਜਾਂ ਪੀ ਰਹੇ ਆ ਸਾਰਿਆਂ 'ਤੇ ਅੱਜ
ਸਰਚ ਚੱਲ ਰਹੀ ਆ, ਜਿਹੜੇ ਵੀ ਰਾਊਂਡ ਅਪ ਕੀਤੇ ਜਾ ਰਹੇ ਆ ਅਤੇ ਜੇ ਇਹਨਾਂ ਦੇ ਤਲਾਸ਼ੀ ਕਰਕੇ ਜੋ ਵੀ ਚੀਜ਼ ਮਿਲ ਜਾਵੇ ਕਾਰਵਾਈ ਕੀਤੀ ਜਾਵੇ। ਸ਼ਰਾਰਤੀਆਂ ਸਾਨੂੰ ਕੀ ਮੈਸੇਜ? ਇਹੀ ਆ, ਇਹ ਜਿਹੜੇ ਮਾੜੇ ਕੰਮ ਆ ਆਪਣੇ ਛੱਡ ਕੇ ਚੰਗੀ ਜ਼ਿੰਦਗੀ ਆਪਣੀ ਜਿਉਣ ਤਾਂ ਜੋ ਸਮਾਜ ਨੂੰ ਸੇਧ ਦਿੱਤੀ ਜਾ ਸਕੇ। ਅੱਜ ਰੋਪੜ ਪੁਲਿਸ ਨੇ ਸਦਾ ਵਰਤ ਵਿੱਚ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਅਤੇ ਇਸ ਮੌਕੇ DGP ਅਰਪਿਤ ਸ਼ੁਕਲਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਦੱਸਿਆ ਕਿ ਅੱਜ ਆਪਰੇਸ਼ਨ ਈਗਲ ਤਹਿਤ ਪੂਰੇ ਪੰਜਾਬ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਦੋਸਤੋ, ਇਸ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।